गुरदासपुर विखे कुछ व्यक्तियों ने महज 200 रुपए नूं लै के एक नौजवान का कतल कर दिता, जबकि इस घटना विच नौजवान का पिता गंभीर जख्मी हो गया, जिसनों इलाज लिए सिविल हस्पताल विखे दाखिल करवाया गया। मृतक नौजवान की पहचान साजन सिंह अते जख्मी व्यक्ति की पहचान मंगल सिंह वासी सलाहपुर वजो हुई है। इस संबंधी जानकारी देंदे हुए मृतक नौजवान के परिवारिक मैंबर पिंड वासियों ने दसिया कि ये दोवें प्यो पुत पिंड विच ही किसी के घर दिहाड़ी का काम करते सन ते इन्हां ने उन्हां पासों 200 रुपए उधार लए सन ते जो उक्त व्यक्तियों ने पैसे वापस मंगे तो इन्हां विचकार बहस हो गई, जिस तों बाद उक्त व्यक्तियों ने प्यो पुत ते हमला कर दिता। इस हमले विच नौजवान साजन सिंह की मौत हो गई, जबकि उसका पिता गंभीर जख्मी हो गया। पिंड वासियों ने कहा कि महज 200 रुपए पिछे एक नौजवान का कतल हो जाना बहुत माड़ी गल है, इसलिए दोषियों नूं सख्त तो सख्त सजा होनी चाहिए है। ਜਦੋਂ ਸਾਰੇ ਛਡਾ ਛੜੂ ਕੇ ਚਲ ਗਏ ਇਹਨਾਂ ਨੇ ਕੱਲਿਆਂ ਦੇ ਵਾਰ ਕੀਤਾ ਘਰੋਂ ਕੱਢ ਗਏ ਬੂਹੇ ਗਾੜੀ ਆਣ ਕੇ ਗਾਲਾਂ ਕੱਢੀਆਂ ਉਹਨਾਂ ਨੇ ਜਦੋਂ ਇਹ ਪਿਓ ਪੁੱਤ ਬਾਹਰ ਨਿਕਲੇ ਉਹਨਾਂ ਨੇ ਫੜ ਕੇ ਬੈਟ ਬੜਿਆ ਹੀ ਸਿਰ 'ਚ ਮਾਰ ਕੇ ਮੁੰਡਾ ਉੱਤੇ ਹੀ ਮਕਾ ਤਾ ਹਸਪਤਾਲ ਖੜਦਿਆਂ ਹੀ ਮੁੱਕ ਗਿਆ ਨੇ ਸਾਹ ਹੀ ਨਹੀਂ ਲਿਆ ਸਾਰਾ ਕੁ ਸਾਰਾ ਜੇ ਸ਼ੁਰੂ ਹੀ ਹੋਇਆ ਉਹਦਾ ਗੱਲ ਇਹ ਸੀ ਕਿ ਪਹਿਲਾਂ ਇਕੱਠੇ ਮਜ਼ਦੂਰੀ ਕਰਦੇ ਰਹੇ ਆ, ਇਹਨਾਂ ਦਾ ਕੋਈ ਵੈਰ ਵਿਰੋਧ ਨਹੀਂ ਸੀ, ਇਕੱਠੇ ਸਾਰਾ ਕੰਮ ਕਰਦੇ ਆ। ਕੋਈ 200-400 ਰੁਪਏ ਦਾ ਲੈਣ ਦੇਣ ਸੀ, 200-400 ਦਾ ਲੈਣ ਦੇਣ ਕਰਕੇ ਇਹਨਾਂ ਦੀ ਧੂਤ ਮਹਿਮ ਹੋਈ ਆ। ਅਤੇ ਰਾਤ ਨੂੰ ਉਹ ਜਿਹੜਾ ਮੁੰਡਾ ਜਿਹੜਾ ਦੂਸਰਾ ਲੱਕੀ ਨਾਂ ਦਾ ਮੁੰਡਾ ਸੀ, ਉਹਨੇ ਆਣ ਕੇ ਇਹਦੇ ਸਿਰ 'ਤੇ ਬੈਟ ਮਾਰਤੇ ਆ, ਖਲੋਤੇ 'ਤੇ ਕੋਈ ਲੜਾਈ ਝਗੜਾ ਨਹੀਂ, ਇੱਦਾਂ ਆਣ ਕੇ ਬੈਟ ਮਾਰਤੇ। ਅਤੇ ਉਹ ਜਿਹੜਾ ਬੱਚਾ ਛੋਟਾ ਕੋਈ 18 ਸਾਲ ਜਿਹੜਾ ਸ਼ੁਰੂ ਹੋਏ ਸੀ ਉਹਦੇ 18 ਸਾਲ, ਅਤੇ ਉੱਥੇ ਬੋਲਿਆ ਹੀ ਨਹੀਂ ਆ ਬਸ ਥਾਂ 'ਤੇ, ਮੇਰਾ ਖਿਆਲ ਤਾਂ ਉਹਦੀ ਮੌਤ ਹੋ ਗਈ ਆ। ਉਸ ਤੋਂ ਬਾਅਦ ਉਹਦੇ ਪਿਓ ਦੇ ਮਾਰੀ ਆ, ਕੋਈ ਪਿਓ ਦੀ 40-50 ਸਾਲ ਦੀ ਉਮਰ ਆ, ਅਤੇ ਉਹ ਪਿਓ ਵੀ ਫੱਟਰ ਪਿਆ ਵਾ ਹੋਸਪਿਟਲ ਵਿੱਚ। ਅਤੇ ਮੈਂ ਤਾਂ ਪ੍ਰਸ਼ਾਸਨ ਕੋਲ ਅਤੇ ਸਰਕਾਰ ਕੋਲ ਇਹ ਮੰਗ ਕਰਦਾ ਕਿ ਉਹ ਜਿਹੜੇ ਕਾਤਲ ਨੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਹ ਜਿਹੜੇ ਸ਼ਰਾਰਤੀ ਅੰਸਰ ਨੇ, ਇਹੋ ਜਿਹੇ ਜੇਕਰ ਪੰਜਾਬ ਨੂੰ ਆਪਾਂ ਚੰਗੇ ਲਈ ਅਤੇ ਪੰਜਾਬ ਨੂੰ ਵਿੱਚ ਸੁਧਾਰ ਕਰਨਾ ਚਾਹੁੰਦੇ ਹਾਂ ਤਾਂ ਕਿ ਇਹੋ ਜਿਹੀਆਂ ਵਾਰਦਾਤਾਂ ਅਣਹੋਣੀਆਂ ਨਾ ਹੋਣ ਅਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਪ੍ਰਸ਼ਾਸਨ ਅਤੇ ਸਰਕਾਰ ਨੂੰ। ਜਿੰਨਾ ਚਿਰ ਆਪਾਂ ਇਸ ਕਾਨੂੰਨ ਸਖ਼ਤ ਨਾ ਬਣਾਵਾਂਗੇ ਉਨਾ ਚਿਰ ਸਾਡੇ ਪੰਜਾਬ ਵਿੱਚ ਸੁਧਾਰ ਨਹੀਂ ਹੋਣਾ। ਬਾਕੀ ਹੈ ਕਿ ਕੋਈ ਵੀ ਜਿਹੜੇ ਆਗੂ ਆ, ਸਿਆਸੀ ਆਗੂ, ਉਹਨਾਂ ਨੂੰ ਮੈਂ ਕਹਿੰਦਾ ਕਿ ਜਿਹੜਾ ਗਲਤ ਬੰਦਾ ਉਹਦੀ ਸਿਫਾਰਸ਼ ਨਾ ਕਰਨ, ਉਹਦੀ ਸਪੋਰਟ ਨਾ ਕਰਨ। ਜਦੋਂ ਅਸੀਂ ਗਲਤ ਬੰਦਿਆਂ ਦੀ ਸਪੋਰਟ ਕਰਦੇ ਹਾਂ, ਮਿਹਨਤ ਕਰਦੇ ਹਾਂ, ਉਹਨਾਂ ਦੇ ਹੌਸਲੇ ਜਿਹੜੇ ਹੋਰ ਬੁਲੰਦ ਹੁੰਦੇ ਆ, ਉਹ ਫਿਰ ਜਿਹੜਾ ਜੁਰਮ ਹੈ ਉਹ ਵੱਧਦਾ, ਉਹ ਘੱਟਦਾ ਨਹੀਂ ਆ। ਅਤੇ ਮੈਂ ਪ੍ਰਸ਼ਾਸਨ ਸਰਕਾਰ ਕੋਲ ਮੰਗ ਕਰਦਾ ਕਿ ਇਹ ਇਕੱਲਾ ਦੋਨੋਂ ਪਿਓ ਪੁੱਤ ਸੀ, ਪਹਿਲੇ ਇਹਨਾਂ ਦੀ ਮਾਤਾ ਸੀ 6 ਮਹੀਨੇ ਪਹਿਲਾਂ, ਉਹਦੀ ਵੀ ਡੈਥ ਹੋ ਗਈ ਸੀ। ਦੋਨੋਂ ਪਿਓ ਪੁੱਤ ਸੀ, ਦੋਨੋਂ ਹੀ ਕਾਂਦੇ ਸੀ ਅਤੇ ਕਮਾਉਂਦੇ ਸੀ, ਹੋਰ ਕੋਈ ਇਹਨਾਂ ਦਾ ਮਾਤਾ ਪਿਤਾ ਵੀ ਜਿਹੜਾ ਨਹੀਂ ਆ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਮਾਰਨਿੰਗ ਨਾ ਸਾਡੇ ਕੋਲ ਇੱਕ ਇੰਟੀਮੇਸ਼ਨ ਆਈ ਸੀਗੀ ਕਿ ਪਿੰਡ ਸਲਾਹਪੁਰ ਦੇ ਵਿੱਚ ਇੱਕ ਲੜਕਾ, ਨੌਜਵਾਨ ਲੜਕਾ ਜਿਹਦਾ ਕਿ ਮਰਡਰ ਹੋ ਗਿਆ ਅਤੇ ਉਹਦੀ ਜਿਹੜੀ ਡੈਥ ਹੈ ਉਹ ਗੁਰੂ ਨਾਨਕ ਦੇਵ ਹੋਸਪਿਟਲ ਅੰਮ੍ਰਿਤਸਰ ਜਾ ਕੇ ਉੱਥੇ ਦੌਰਾਨੇ ਇਲਾਜ ਜਿਹੜੀ ਉਹ ਹੋਈ ਆ। ਇਹਦੇ ਵਿੱਚ ਅਸੀਂ ਪਿੰਡ ਜਾ ਕੇ ਸਾਰਾ ਤਾਲਮੇਲ ਕੀਤਾ ਅਤੇ ਸਾਨੂੰ ਪਤਾ ਲੱਗਾ ਕਿ ਇੱਕ ਲੜਕੇ ਦਾ ਨਾਂ ਹੈਗਾ ਆ ਸੁਖਪ੍ਰੀਤ ਸਿੰਘ ਇਲੀਅਸ ਸਾਜਨ, ਅਤੇ ਉਹਦੇ ਸੱਟਾਂ ਲੱਗੀਆਂ ਅਤੇ ਇੱਕ ਉਹਦੇ ਫਾਦਰ ਮੰਗਲ ਸਿੰਘ ਦੇ, ਦੋਵਾਂ ਦੇ ਸੱਟਾਂ ਲੱਗੀਆਂ। ਤਿੰਨਾਂ ਬੰਦਿਆਂ ਨੇ, ਉਹਨਾਂ ਨੇ ਦੱਸਿਆ ਵੀ ਸਾਨੂੰ ਜਿਹੜੀਆਂ ਸੱਟਾਂ ਲੱਗੀਆਂ ਉਹਨਾਂ ਨੇ ਬਿਆਨ ਦੇ ਵਿੱਚ ਆਪਣੇ 'ਚ ਲਿਖਾਇਆ, ਸਿਮਰਨਜੀਤ ਸਿੰਘ ਇਲੀਅਸ ਲੱਕੀ ਨੇ, ਦੂਜਾ ਹੈਗਾ ਈਸ਼ਵਰ ਸਿੰਘ ਅਤੇ ਤੀਸਰਾ ਹੈਗਾ ਜੀ ਜਸਪਾਲ ਸਿੰਘ। ਸਾਰੇ ਦੋਸ਼ੀ ਵੀ ਅਤੇ ਮਦਈ ਵੀ ਸਾਰੇ ਇੱਕੋ ਪਿੰਡ ਦੇ ਹੀ ਆ, ਪਿੰਡ ਸਲਾਹਪੁਰ ਦੇ ਆ। ਇਹਨਾਂ ਨੇ ਉਹਦੇ ਸੱਟਾਂ ਲਾ ਕੇ, ਉਹਦੇ ਸਿਰ 'ਚ ਸੱਟਾਂ ਲਾਈਆਂ, ਜਿਹਦੇ ਕਾਰਨ ਉਹਦੀ ਦੌਰਾਨੇ ਇਲਾਜ ਜਿਹੜੀ ਆ ਗੁਰੂ ਨਾਨਕ ਦੇਵ ਹੋਸਪਿਟਲ ਅੰਮ੍ਰਿਤਸਰ ਜਿਹੜੀ ਉਹ ਡੈਥ ਹੋ ਗਈ। ਅਤੇ ਇਹਦੇ ਬੇਸ 'ਤੇ ਅਸੀਂ ਜਿਹੜੀ FIR ਨੰਬਰ 39 ਅੰਡਰ ਸੈਕਸ਼ਨ 302, 323, 506, 34 IPC ਅਸੀਂ ਜਿਹੜੀ ਥਾਣਾ ਕਾਦੀਆਂ ਜਿਹੜੀ ਉਹ ਦਰਜ ਕਰ ਲਈ ਗਈ ਅੱਜ। ਅਤੇ ਇਸ ਤੋਂ ਇਲਾਵਾ ਜਿਹੜੇ ਆ ਉਹ ਅਸੀਂ ਦਰਜ ਕੀਤੀ ਆ ਜੀ ਮੰਗਲ ਸਿੰਘ ਦੀ ਸਟੇਟਮੈਂਟ ਦੇ ਉੱਤੇ, ਜਿਹੜਾ ਕਿ ਉਸ ਲੜਕੇ ਦਾ ਜਿਹੜਾ ਮ੍ਰਿਤਕ ਆ ਉਹਦਾ ਫਾਦਰ ਆ। ਮੰਗਲ ਸਿੰਘ ਦੇ ਵੀ ਸੱਟ ਲੱਗੀ, ਉਹਦੀ ਅੱਖ 'ਤੇ ਸੱਟ ਹੈਗੀ ਹੈ, ਅਤੇ ਉਹਦੀ ਸਟੇਟਮੈਂਟ ਅਸੀਂ ਨੋਟ ਕਰਕੇ ਅਤੇ FIR ਰਜਿਸਟਰ ਕਰ ਦਿੱਤੀ ਹੈ। ਇਹਦੇ ਵਿੱਚ ਜੋ ਹੁਣ ਤੱਕ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਵੀ ਉਹਦੇ ਕੋਲ ਇੱਕ ਲੱਕੜੀ ਦਾ ਮੁੰਗਲਾ ਟਾਈਪ ਸੀਗਾ, ਜਿਹਨੂੰ ਕਹਿ ਲਓ ਦੇਸੀ ਬੇਸਬਾਲ ਕਹਿ ਲਓ, ਅਤੇ ਉਹਦੀ ਸੱਟ ਦੀ ਸਮਝ ਆਉਂਦੀ ਹੈ। ਬਾਕੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਸੀਂ ਫਾਈਨਲ ਕਰ ਸਕਦੇ ਹਾਂ, ਅਤੇ ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਫਾਈਨਲ ਹੋ ਸਕਦਾ ਕਿ ਹੋਰ ਕੋਈ ਵੈਪਨ ਯੂਜ਼ ਹੋਇਆ ਕਿ ਨਹੀਂ ਹੋਇਆ। ਮਾਮਲਾ ਵਜ੍ਹਾ ਰੰਜਿਸ਼ ਇਹ ਹੈਗੀ ਆ ਜੀ, ਜਿਹੜੀ ਦੋਸ਼ੀ ਧਿਰ ਆ ਸਿਮਰਨਜੀਤ ਸਿੰਘ ਲੱਕੀ,
ਇਹਨਾਂ ਨੇ ਕਿਤੇ 200 ਰੁਪਈਆ ਉਹਨੂੰ ਲੜਕੇ ਦੇ ਪਿਤਾ ਮੰਗਲ ਸਿੰਘ ਨੂੰ ਉਧਾਰ ਦਿੱਤਾ ਸੀਗਾ ਜੀ। ਅਤੇ ਇਹ ਕੋਈ 2-3 ਮਹੀਨੇ ਪੁਰਾਣੀ ਗੱਲ ਸੀਗੀ ਅਤੇ ਉਹ ਪੈਸੇ ਮੰਗਣ ਗਿਆ ਅਤੇ ਇਹਨਾਂ ਨੇ ਕਿਹਾ ਜੀ ਤੈਨੂੰ ਦੇ ਦਿਆਂਗੇ। ਅਤੇ ਉੱਥੇ ਇਹਨਾਂ ਦੀ ਤੂੰ ਮੈਂ ਹੋ ਗਈ। ਉਹ ਤੋਂ ਅੱਧਾ ਘੰਟਾ ਬਾਅਦ ਇਹਨੇ ਆਪਣਾ ਈਸ਼ਵਰ ਸਿੰਘ ਨੂੰ ਅਤੇ ਇਹਨਾਂ ਨੂੰ ਨਾਲ ਲਿਆਂਦਾ ਅਤੇ ਪਹਿਲਾਂ ਮੰਗਲ ਸਿੰਘ ਦੀ ਕੁੱਟਮਾਰ ਕੀਤੀ, ਉਹ ਤੋਂ ਬਾਅਦ ਉਹਦੇ ਬੇਟੇ ਦੀ ਕੀਤੀ ਅਤੇ ਉਹਦੇ ਕਰਕੇ ਜਿਹੜੀ ਉਹਦੇ ਬੇਟੇ ਦੀ ਡੈਥ ਹੋ ਗਈ।